ਸਵਾਗਤ ਹੈ ਜੀ ਮੇਰਾ ਪੰਜਾਬ న్యూਸ ਤੋਂ ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਅਹਿਮ ਮੁੱਦਾ ਕਿ ਅੱਜ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਪੰਜਾਬ ਦੇ 25 ਸਿਖਰ ਨਸਬੰਧ ਰੱਖਣ ਵਾਲੇ ਨੌਜਵਾਨ ਜਿਨ੍ਹਾਂ ਨੂੰ ਕੀ ਜਰੂ ਸਿੱਖ ਰੇਜiment ਵਿੱਚ ਭਰਤੀ ਦੇਖਣ ਲਈ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਕਾਸ ਠੀਕੇ ਬਣਵਾਉਣ ਲਈ ਸਿੱਖ ਸ਼ਬਦ ਲਿਖਵਾਉਣ ਦਾ ਬੜਾ ਸਮੱਸਿਆ ਸਾਹਮਣਾ ਕਰਨਾ ਪੈਂਦਾ ਸੀ ਉਸ ਨੂੰ ਲੈ ਕੇ ਕਿਉਂਕਿ ਫੌਜ ਦੇ ਵੱਲੋਂ ਡਿਮਾਂਡ ਕੀਤੀ ਜਾਂਦੀ ਸੀ ਭਰਤੀ ਪ੍ਰਕਿਰਿਆ ਦੇ ਵਿੱਚ ਤੇ ਉਹਨਾਂ ਨੂੰ ਵਕਫਾ ਵਿਭਾਗਾਂ ਦੇ ਦਫ਼ਤਰਾਂ ਦੇ ਚੱਕਰ ਕੱਟਨੇ ਪੈਂਦੇ ਸੀ ਤੇ ਉਹ ਸਰਟੀਫਿਕੇਟ ਨਹੀਂ ਬਣਦਾ ਸੀ ਪ੍ਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਇਸ ਸਮੱਸਿਆ ਨੂੰ ਹੱਲ ਕੀਤਾ ਗਿਆ ਜਿਸ ਦੀ ਸ਼ਿਫਾਰਿਸ਼ ਵਿਸ਼ੇਸ਼ ਤੌਰ ਤੇ ਰੂਪਨਗਰ ਦੇ ਪਿੰਡ ਰਾਮਪੁਰ ਤੋਂ ਸਬੰਧ ਰੱਖਣ ਵਾਲੇ ਜੋ ਕਿ ਬੀਸੀ ਕਮਿਸ਼ਨ ਪੰਜਾਬ ਦੇ ਮੈਂਬਰ ਵੀ ਨੇ ਚੌਧਰੀ ਸੁਭਾਸ ਜੀ ਉਹਨਾਂ ਵੱਲੋਂ ਸੁਵਾਰਜ ਕੀਤੀ ਗਈ ਦੀ ਇਸ ਮੁੱਦੇ ਨੂੰ ਲੈ ਕੇ ਜੋ ਕਿ ਸਰਕਾਰ ਨੇ ਉਸ ਮੁੱਦੇ ਨੂੰ ਬੂਰ ਪਾੰਦੇ ਆ ਦਸੰਬਰ ਮਹੀਨੇ ਦੇ ਵਿੱਚ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਸੋ ਉਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਜੁੜੇ ਨੇ ਚੌਦੀ ਸੁਭਾਸੀ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਚੌਹੇ ਸਾਹਿਬ ਕੀ ਮਾਮਲਾ ਸੀ ਕਿ ਜੋ ਅੱਜ ਇਹ ਸਰਕਾਰ ਨੇ ਕਾਸ ਸਰਟੀਫਿਕੇਟ ਦਾ ਮਾਮਲਾ ਹੱਲ ਕੀਤਾ ਅਕਸਰ ਇਹ ਮਾਮਲਾ ਕੀ ਕਿਸ ਤਰੀਕੇ ਨਾਲ ਹੱਲ ਕੀਤਾ ਗਿਆ ਜਦੋਂ ਮੈਂ ਮਾਰਚ ਦੇ ਵਿੱਚ ਨਾ ਮੈਂਬਰ ਬਣਿਆ ਉਸ ਤੋਂ ਬਾਅਦ ਲੋਕਾਂ ਨੇ ਮੇਨਾਂ ਕਾਫੀ ਟਾਈ ਅਪ ਕੀਤਾ ਵੀ ਜੇ ਜਿਹੜੀ ਸਾਡਾ ਜਿਹੜੇ ਬੱਚੇ ਹੈ ਜਦੋਂ ਭਾਰਤੀ ਹੁੰਦੇ ਨੇ ਉੱਥੇ ਕਿਉਂਕਿ ਪੰਜਾਬ ਦੇ ਵਿੱਚ ਜਿਆਦਾ ਜਿਹੜੀ ਭਾਰਤੀ ਹੈ ਸਿੱਖ ਰੈਜੀਮੈਂਟ ਦੀ ਆਂਦੀ ਹੈ ਇਹ ਸਾਡੇ ਬੱਚੇ ਸੀ ਇਹ ਪੜ੍ਹੇ ਲਿਖੇ ਸੀ ਸਾਰਾ ਕੁਝ ਪਾਸ ਕਰ ਲੈਂਦੇ ਸੀ ਲੇਕਿਨ ਜਦੋਂ ਭਰਤੀ ਆਣੀ ਉਹ ਕਹਿੰਦੇ ਵੀ ਸਾਨੂੰ ਜਿਹੜਾ ਸਿੱਖ ਸਰਟੀਫਿਕੇਟ ਨਾਲ ਚਾਹੀਦਾ ਤੇ ਮੇਰੇ ਕੋਲ ਆਏ ਤੇ ਮੈਂ ਆਪਣੇ ਸਾਡੀ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਜੁਲਾਈ ਦੇ ਵਿੱਚ ਕਮਿਸ਼ਨ ਦੀ ਉਸ ਮੀਟਿੰਗ ਦੇ ਵਿੱਚ ਮੈਂ ਪਹਿਲੀ ਮੀਟਿੰਗ ਦੇ ਵਿੱਚ ਇਹ ਮੁੱਦਾ ਰੱਖਿਆ ਸੀ ਵੀ ਸਾਡੇ ਇਲਾਕੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਖਾਸ ਕਰਕੇ BC ਕਮਿਊਨਿਟੀ ਵਾਲਿਆਂ ਨੂੰ ਤੇ ਉਸ ਟਾਈਮ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਇਹ ਜਿਹੜਾ ਮੁੱਦਾ ਚੱਕਿਆ ਸੀ ਤੇ ਮੀਟਿੰਗ ਦੇ ਵਿੱਚ ਅਸੀਂ ਮਤਾ ਇਹ ਪਾਸ ਕਰਕੇ ਅਸੀਂ ਭੇਜਿਆ ਸੀ ਸਰਕਾਰ ਨੂੰ ਤੇ ਸਰਕਾਰ ਨੇ ਆ ਦਸੰਬਰ ਮਹੀਨੇ ਦੇ ਵਿੱਚ ਸਾਰੇ ਡੀਸੀਆਂ ਨੂੰ ਆਰਡਰ ਕੀਤੇ ਨੇ ਤੇ ਉਤੇ ਬਾਅਦ ਡੀਸੀ ਸਾਹਿਬਾਨ ਨੇ ਸਾਰਿਆਂ ਨੂੰ ਅੱਜ ਐਚ ਡੀ ਐਮ ਨੂੰ ਤਹਿਸੀਲਦਾਰ ਨੂੰ ਸਾਰਿਆਂ ਨੂੰ ਕੀਤਾ ਤੇ ਜਿਹੜਾ ਆਫਲਾਈਨ ਵੀ ਹੋ ਰਿਹਾ ਸੀ ਉਹਨੂੰ ਵੀ ਅਸੀਂ ਜਿਹੜਾ ਹੈ ਆਨਲਾਈਨ ਅੱਜ ਕਰਵਾ ਦਿੱਤਾ ਹੈ ਤੇ ਬਾਕੀ ਜੇ ਕਿਸੇ ਨੂੰ ਕੋਈ ਦਿੱਕਤ ਆndi ਵੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਹੁਣ ਜਿਹੜਾ ਗੁੱਜਰ ਸਿੱਖ ਹੋਵੇ ਜਾਂ ਉਹ ਕਿਸੇ ਵੀ ਕਮਿਊਨਿਟੀ ਦਾ ਹੋਵੇ ਮੰਨ ਲਓ ਸੈਣੀ ਜਾਤੀ ਦਾ ਹੋਵੇ ਕਿਸੇ ਦਾ ਵੀ ਹੋਵੇ ਜਿਹਨੂੰ ਫੌਜ ਦੇ ਵਿੱਚ ਲੋੜ ਸਰਟੀਫିକੇਟ ਦੀ ਸਿੱਖ ਸਰਟੀਫିକੇਟ ਦੀ ਉਹ ਆਪਣਾ ਸਰਟੀਫିକੇਟ ਬਣਵਾ ਸਕਦਾ ਹੈ ਸੋ ਅਸ ਦੀ ਜਿਹੜਾ ਇਹ ਫੈਸਲਾ ਕੀਤਾ ਸਰਕਾਰ ਵੱਲੋਂ ਕੀ ਫੈਸਲਾ ਮਤਲਬ ਕਿਸ ਤਰ੍ਹਾਂ ਦਾ ਫੈਸਲਾ ਕੀਤਾ ਗਿਆ ਜੀ ਇਹ ਫੌਜ ਖਾਸ ਕਰਕੇ ਫੌਜ ਕਰਕੇ ਲੋੜ ਪੈਂਦੀ ਸੀ ਬਈ ਸਾਨੂੰ ਖੋਜ ਕਹਿੰਦੀ ਸੀ ਵੀ ਜੇ ਤੁਸੀਂ ਸਿੱਖ ਹੋ ਸਿੱਖ ਦੇ ਵਿੱਚ ਤੁਸੀਂ ਭਰਤੀ ਹੋਣਾ ਹੈ ਤਾਂ ਤੁਹਾਨੂੰ ਸਿੱਖ ਸਰਟੀਫିକੇਟ ਤੁਹਾਨੂੰ ਸਰਕਾਰ ਵੱਲੋਂ ਜਾਰੀ ਹੋਣਾ ਚਾਹੀਦਾ ਹੈ ਉਹ ਜਦੋਂ ਬੱਚੇ ਸਾਡੇ 2016 ਦੇ ਵਿੱਚ ਵੀ ਇਹ ਦਿੱਕਤ ਆਈ ਸੀ ਇੱਕ ਵਾਰ ਪਹਿਲਾਂ ਉਸ ਟਾਈਮ ਵੀ ਅਸੀਂ ਹੱਲ ਕਰਾਈ ਸੀ ਤੇ ਅਸੀਂ ਜਿਹੜੀਆਂ ਗਾਈਡਲਾਈਨਾਂ ਆਇਆ ਪਹਿਲਾਂ ਸਰਕਾਰ ਦੀਆਂ تھیں 2008 ਦੀ ਗਾਈਡਲਾਈਨ ਵੀ ਸੀ 2016 ਦੀ ਗਾਈਡਲਾਈਨ ਵੀ ਸੀ ਉਹ ਸਾਰੀਆਂ ਗਾਈਡਲਾਈਨਾਂ ਅਸੀਂ ਇਕੱਠੀਆਂ ਕਰਕੇ ਉਹ ਸਾਰੀਆਂ ਅਸੀਂ ਭੇਜੀਆਂ ਸੀ ਸਰਕਾਰ ਨੂੰ ਸਰਕਾਰ ਨੇ ਪਰ ਉਹ ਗਾਈਡਲਾਈਨਾਂ ਦੇ ਹਿਸਾਬ ਨਾਲ ਸਾਰੇ ਆਰਡਰ ਜਿਹੜੇ ਡੀਸੀ ਸਾਹਿਬਾ ਉਹਨਾਂ ਨੂੰ ਕੀਤੇ ਨੇ ਵੀ ਤੁਸੀਂ ਜਿਹੜਾ ਇਹ ਪਹਿਲ ਦੇ ਆਧਾਰ ਤੇ ਕੰਮ ਕਰੋ ਮਤਲਬ ਹੁਣ ਕਿਸ ਤਰੀਕੇ ਨਾਲ ਜੇ 60 ਬਣਾਉਣਾ ਹੈ ਤਾਂ ਕਿਸ ਤਰੀਕੇ ਨਾਲ ਸਿੱਖ ਸ਼ਬਦ ਇਨਕਲੂਡ ਕੀਤਾ ਜਾਵੇਗਾ ਤਾਂ ਇੱਕ ਅਲੱਗ ਤੌਰ ਤੇ ਬਣੇਗਾ ਨਹੀਂ ਤੁਸੀਂ ਲਿਖਾ ਜਿਹੜਾ ਤੁਸੀਂ ਮੰਨ ਲਓ ਸਾਡਾ ਨਾਮ ਕੁਝ ਵੀ ਹੈ ਤੁਸੀਂ ਉਹਦੇ ਪਿੱਛੇ ਤੁਹਾਡਾ ਸਿੰਘ ਲੱਗਦਾ ਹੈ ਤਾਂ ਤੁਸੀਂ ਉਹਨੂੰ ਸਿੱਖ ਸਰਟੀਫਿਕੇਟ ਦਾ ਉਹਨੂੰ ਦਰਜਾ ਦਿੱਤਾ ਜਾਵੇਗਾ ਬੇ ਸਿੱਖ ਮੰਨ ਲਓ ਗੁੱਜਰ ਸਿੱਖ ਹੈ ਇਹ ਜੱਟ ਸਿੱਖ ਹੈ ਇਹ ਜਾਂ ਸੈਣੀ ਸਿੱਖ ਹੈ ਉਹ ਸਰਟੀਫਿਕੇਟ ਤੁਹਾਨੂੰ ਮਿਲ ਜਾਏਗਾ ਮਤਲਬ ਕਾਸ ਸਰਟੀਫਿਕੇਟ ਅਗਰ ਕਿਸੇ ਨਾਮ ਦੇ ਨਾਮ ਸਿੰਘ ਲੱਗਦਾ ਹੈ ਤਾਂ ਆਟੋਮੈਟਿਕ ਉਸ ਨੂੰ ਜੋ ਕਿ ਸਿੱਖ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਤਾਂ ਉਹੀ ਸਰਟੀਫਿਕੇਟ ਵੈਲਿਡ ਸਮਝਿਆ ਜਾਵੇਗਾ ਹਾਂ ਉਹ ਸਰਟੀਫਿਕੇਟ ਉਹੀ ਸਰਟੀਫਿਕੇਟ ਉਹਨੂੰ ਵੈਲਿਡ ਹੋ ਜਾਏਗਾ ਸਤਿ ਸਵਾਦ ਜੀ ਤੇ ਨਾਲ ਜਿਹੜਾ ਮੈਂ ਗੱਲਬਾਤ ਹੋਰ ਕਰਾਂਗੇ ਕਿ ਜੋ ਇਸ ਟਾਈਮ ਪੰਜਾਬ ਹੀ ਨਹੀਂ ਪੂਰੇ ਦੇਸ਼ ਦਾ ਮੁੱਦਾ ਬਣ ਚੁੱਕਿਆ ਕਿਸਾਨ ਆਰਡੀਨੈਂਸ ਦਾ ਜਿਸ ਨੂੰ ਲੈ ਕੇ ਕੇਂਦਰ ਦੇ ਖਿਲਾਫ ਪੂਰੇ ਕਿਸਾਨ ਬਟਟੇ ਹੋਏ ਨੇ ਲੇਕਿਨ ਹਲੇ ਤੱਕ ਅੱਜ ਹਿਮਾਚਲ ਦੇ ਕਿਸਾਨਾਂ ਨੇ ਵੀ ਚਾਲੇ ਪਾਤੇ ਕੇਂਦਰ ਚੁੱਕ ਨੂੰ ਤਿਆਰ ਨਹੀਂ ਹੈ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਮੈਂ ਤਾਂ ਸਰਕਾਰ ਅੱਗੇ ਅਪੀਲ ਕਰਾਂਗਾ ਕੇਂਦਰ ਸਰਕਾਰ ਨੂੰ ਦੇਖੋ ਜਿਹੜੇ ਸਾਡੇ ਪੰਜਾਬ ਦਾ ਇੱਕ ਖੇਸਾਨੀ ਮੁੱਦਾ ਹੈ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਕਿਉਂਕਿ ਸਾਡੇ ਲੋਕ ਜਿਹੜੇ ਹੈ ਕਿਸਾਨੀ ਨਾਲ ਜੁੜੇ ਹੋਏ ਹੈ ਤੇ ਜਿਹੜਾ ਇਹ ਮੁੱਦਾ ਹੈ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਔਰ ਅੱਜ 17-18 ਦਿਨ ਹੋ ਗਏ ਦਿੱਲੀ ਚ ਬੈਠੇ ਨੂੰ ਦੇਖੋ ਠੰਡ ਦਾ ਮੌਸਮ ਹੈ ਮੈਂ ਆਪਣੀ ਸਰਕਾਰ ਮੋਦੀ ਸਾਹਿਬ ਨੂੰ ਕਰਦਾ ਪੀਐਮ ਸਾਹਿਬ ਨੂੰ ਅਪੀਲ ਕਰਦਾ ਵੀ ਤੁਸੀਂ ਇਹ ਮੁੱਦੇ ਨੂੰ ਜਲਦੀ ਜਲਦੀ ਹੱਲ ਕਰੋ ਔਰ ਜਿਹੜੇ ਸਾਡੇ ਬਜ਼ੁਰਗ ਉੱਥੇ ਬੈਠੇ ਆ ਵਿਚਾਰੇ ਉਹਨਾਂ ਨੂੰ ਠੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿੰਨਾ ਬੁਰਾ ਹਾਲ ਹੈ ਜੀ ਤੇ ਉਹਨਾਂ ਨੂੰ ਜਲਦੀ ਜਲਦੀ ਹੱਲ ਹੋਣਾ ਚਾਹੀਦਾ ਜੀ ਸੋ ਅਸੀ ਸੁਭਾਸ਼ ਜੀ ਜਿਹਨਾਂ ਕੀ ਮੈਂਬਰ ਬੀਸੀ ਕਮਿਸ਼ਨ ਪੰਜਾਬ ਜਿਹਨਾਂ ਕੀ ਵਕਫ ਮਸਲੇ ਸਬੰਧੀ ਸਾਡੇ ਨਾਲ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜੋ ਕਿ ਵੱਡੀ ਸਮੱਸਿਆ ਬਣੀ ਹੋਈ ਸੀ ਨੌਜਵਾਨਾਂ ਲੈ ਕੇ ਜਦੋਂ ਉਹ ਭਾਰਤੀ ਪ੍ਰਕਿਰਿਆ ਵਿੱਚ ਜਾਂਦੇ ਸੀ ਇੱਕ ਸਿੱਖ ਸਰਟੀਫਿਕੇਟ ਲੈਣਾ ਪੈਂਦਾ ਸੀ ਜੋ ਕਿ ਉਸ ਲਈ ਬੜੀ ਜੱਦੋਜਹਿਦ ਕਰਨੀ ਪੈਂਦੀ ਸੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੇ ਇਸ ਚੀਜ਼ ਦੀ ਵਿਸ਼ੇਸ਼ ਤੌਰ ਤੇ ਸ਼ਿਫਾਰਿਸ਼ ਕੀਤੀ ਦੀ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਕਿ ਜੇਕਰ ਕਿਸੇ ਦੇ ਨਾਮ ਦੇ ਨਾਲ ਸਿੰਘ ਲੱਗਦਾ ਹੈ ਤਾਂ ਉਸ ਨੂੰ ਆਟੋਮੈਟਿਕਲੀ ਸਿੱਖ ਸਰਟੀਫਿਕੇਟ ਦਾ ਦਰਜਾ ਪ੍ਰਾਪਤ ਹੋ ਜਾਵੇਗਾ ਤੇ ਹੁਣ ਨੌਜਵਾਨਾਂ ਨੂੰ ਭਾਰਤੀ ਵਿੱਚ ਵੱਡੀ ਸਿੱਧਾ ਸਾਹਮਣਾ ਨਹੀਂ ਕਰਨਾ ਪਵੇਗਾ ਕੈਮਰਾਮੈਨ ਮਨੋਤਮ ਦੇ ਨਾਲ ਦਿਨੇਸ਼ ੱਲਨ ਨੂਰ ਪ੍ਰਵੇਦੀ ਰੂਪਨਗਰ